ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਾਂਗੇ। ਸੋ ਇਹ ਜਿਵੇਂ ਹੈਗੇ ਆ ਜੀ, ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇਹ ਡਿਜ਼ਾਈਨ ਸ਼ੇਅਰ ਕਰ ਚੁੱਕੇ ਹਾਂ। ਸੋ ਇਹ ਡਿਜ਼ਾਈਨ ਆ ਜਿਹੜਾ ਬਹੁਤ ਪਸੰਦ ਕੀਤਾ ਜਾ ਰਿਹਾ, ਔਰ ਅਸੀਂ ਹਰ ਇੱਕ ਆਰਡਰ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਬਣਾਉਂਦੇ ਹਾਂ, ਕਿਉਂਕਿ ਹਰ ਇੱਕ ਆਪਣੇ ਜਦੋਂ ਵੀ ਆਰਡਰ ਕਰਦਾ 5-7 ਸੂਟਾਂ ਦਾ ਹੁੰਦਾ, ਅਤੇ ਉਹਦੇ ਵਿੱਚ ਇੱਕ ਸੂਟ ਅਸੀਂ ਇਹ ਜ਼ਰੂਰ ਆ ਜਿਹੜਾ ਬਣਾਉਂਦੇ ਹਾਂ। ਸੋ ਅਗਰ ਤੁਹਾਨੂੰ ਵੀ ਇਹ ਸੇਮ ਸੂਟ ਹੈ ਜੀ, ਸੇਮ ਕਲਰ 'ਤੇ ਚਾਹੀਦਾ ਹੈ, ਸੇਮ ਤੁਸੀਂ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਵਟਸਐਪ ਨੰਬਰ 7589231337317 'ਤੇ ਜਾ ਕੇ ਸਕਰੀਨਸ਼ੋਟ ਭੇਜ ਕੇ ਉਹਨਾਂ ਨੂੰ ਐਜ਼ ਇਟ ਇਜ਼ ਆ ਜਿਹੜਾ ਆਰਡਰ ਕਰ ਸਕਦੇ ਹੋ, ਜਾਂ ਆਪਣੀ ਕਲਰ ਚੋਇਸ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ। ਸੋ ਇਹ ਜੋਰਜਟ ਦੇ ਉੱਪਰ ਹੈ ਜੀ, ਔਰ ਸੀ ਗ੍ਰੀਨ ਸ਼ੇਡ ਹੈਗਾ, ਫਰੋਜ਼ੀ ਸੀ ਗ੍ਰੀਨ, ਬਹੁਤ ਹੀ ਡਿਫਰੈਂਟ ਜਿਹਾ ਕਲਰ ਹੈਗਾ ਇਹ। ਔਰ ਇਹਦੇ ਨੀਚੇ ਜਿਵੇਂ ਘੇਰੇ 'ਤੇ ਅਸੀਂ ਗੋਲਡਨ ਤਿੱਲਾ ਵਿਦ ਬਾਦਲਾ ਜਿਹੜਾ ਇਹ ਡਿਜ਼ਾਈਨ ਬਣਾਉਂਦੇ ਹਾਂ, ਉੱਪਰ ਹੈ ਜਿਹੜਾ ਇਹ ਫਲਾਰ ਆਉਂਦਾ ਬਟਰਫਲਾਈ ਵਾਲਾ, ਫਿਰ ਉੱਪਰ ਬਟਰਫਲਾਈ ਆਉਂਦੀ ਹੈ, ਫਿਰ ਅਸੀਂ ਗਲੇ 'ਤੇ ਜਿਵੇਂ ਕਰਦੇ ਹੈਗੇ ਹਾਂ, ਔਰ ਇੱਕ ਸਾਈਡ 'ਤੇ ਫਲਾਰ ਆਉਂਦਾ। ਸੋ ਇਹਦੀ ਲੁੱਕ ਹੈ ਜਿਹੜੀ ਓਵਰਆਲ ਬਹੁਤ ਹੀ ਜ਼ਿਆਦਾ ਪਿਆਰੀ ਬਣਦੀ ਹੈ। ਸੋ ਬਾਜੂ 'ਤੇ ਵੀ ਇਹਦੇ ਜਿਵੇਂ ਅਸੀਂ ਇਸ ਤਰ੍ਹਾਂ ਜਿਹੜਾ ਬਾਜੂ 'ਤੇ ਵਰਕ ਕਰਦੇ ਹਾਂ। ਔਰ ਇਹਦੀ ਜਿਹੜਾ ਦੁਪੱਟਾ ਹੈਗਾ ਜੀ, ਇਹਦਾ ਦੁਪੱਟਾ ਚਨੌਨ ਦਾ, ਔਰ ਨੀਚੇ ਆ ਜਿਹੜਾ ਅਸੀਂ ਲਾਈਨਿੰਗ ਵਾਲੀ ਜਿਹੜੀ ਚੌੜੀ ਪੱਟੀ ਦਿੱਤੀ ਹੋਈ ਹੈ। ਸੋ ਇਹਦਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਸੈਪਟ ਹੈ। ਔਰ ਜਿਹੜਾ ਨੈਕ ਸੂਟ ਹੈਗਾ, ਇਹ ਵੀ ਬਹੁਤ ਹੀ ਪਿਆਰਾ, ਇਹ ਮਸਟਰਡ ਸ਼ੇਡ ਹੈ ਜੀ, ਔਰ ਮਸਟਰਡ ਸ਼ੇਡ ਦੇ ਜਿਵੇਂ ਘੇਰੇ 'ਤੇ ਇੰਬਰਾਇਡਰੀ ਹੈ, ਬਹੁਤ ਜਿਹੜਾ ਇਹ ਸ਼ੇਡਿਡ ਇੰਬਰਾਇਡਰੀ ਹੈ, ਹੈਵੀ ਡਿਜ਼ਾਈਨ ਬਣਦਾ ਇਹਦੇ ਵਿੱਚ। ਅਸੀਂ ਬਹੁਤ ਹੀ ਪਿਆਰੇ ਜਿਵੇਂ ਸ਼ੇਡ ਲਾ ਕੇ ਗ੍ਰੇ 'ਤੇ ਬਣਦਾ, ਸਕਾਈ 'ਤੇ ਬਣਦਾ। ਸੋ ਜਿਵੇਂ ਵੀ ਕੋਈ ਆਰਡਰ ਕਰਦਾ ਤਾਂ ਅਸੀਂ ਬਣਾਉਂਦੇ ਹਾਂ। ਇਹ ਜਿਵੇਂ ਨੀਚੇ ਬਹੁਤ ਹੀ ਪਿਆਰੇ ਅਸੀਂ ਪੀਚ ਸਾਰੇ ਕਲਰ ਦੇ ਸ਼ੇਡ ਦਿੱਤੇ ਹੋਏ ਆ, ਉੱਪਰ ਹੈ ਜਿਹੜਾ ਇਹ ਉੱਪਰ ਤੱਕ ਬੂਟੀ ਆਉਂਦੀ ਆ। ਅਸੀਂ ਇਹ ਜਿਹੜੇ ਸਾਰੇ ਸੂਟ ਹੈ ਜੀ, ਆਰਡਰ 'ਤੇ ਹੀ ਰੈਡੀ ਕਰਦੇ ਹਾਂ, ਕਿਉਂਕਿ ਘੇਰੇ ਦੀ ਬਹੁਤ ਪ੍ਰੋਬਲਮ ਹੈ, 22 ਜਾਂ 24, ਕਈ ਵਾਰ 26 ਵੀ ਹੁੰਦਾ, 28 ਤੱਕ ਵੀ ਹੁੰਦਾ। ਸੋ ਤੁਹਾਡੇ ਜਿਵੇਂ ਅਸੀਂ ਫਸਟ ਸੂਟ ਦਿਖਾਇਆ ਸੀ ਗ੍ਰੀਨ, ਇਹ ਗਲੇ ਦਾ ਡਿਜ਼ਾਈਨ ਹੈ। ਸੋ ਇਹਦਾ ਪ੍ਰੋਪਰ ਗਲਾ ਬਣਦਾ ਹੈਗਾ, ਇਹਨੂੰ ਤੁਸੀਂ ਆਪਣੇ ਸਾਈਜ਼ ਦੇ ਮੁਤਾਬਕ ਹੀ ਰੈਡੀ ਕਰਵਾ ਸਕਦੇ ਹੋ। ਸੋ ਕਈ ਜਿਹੜੇ ਡਿਜ਼ਾਈਨ ਹੈਗੇ ਇੱਦਾਂ ਦੇ, ਅਸੀਂ ਇਸੇ ਲਈ ਅਸੀਂ ਆਰਡਰ 'ਤੇ ਰੈਡੀ ਕਰਦੇ ਹਾਂ। ਸੋ ਇਹਦੇ ਨਾਲ ਮਸਟਰਡ ਸੂਟ ਦੇ ਨਾਲ ਅਸੀਂ ਇਹਨੂੰ ਟਾਈ ਡਾਈ ਦੁਪੱਟਾ ਦਿੱਤਾ ਹੋਇਆ, ਇਹ ਦੇਖੋ ਵਿੱਚੋਂ ਇਹ ਅਸੀਂ ਇੱਕ ਸੂਟ ਨਾਲ ਦਾ, ਔਰ ਜਿਹੜਾ ਸਾਈਡ 'ਤੇ ਅਸੀਂ ਸ਼ੇਡਿਡ ਐਮਬਰਾਇਡਰੀ ਦਿੱਤੀ ਹੈ, ਜੋ ਵੀ ਸ਼ੇਡ ਅਸੀਂ ਵਰਕ ਦੇ ਵਿੱਚ ਦਿੱਤੇ ਹੋਏ ਆ। ਸੋ ਸਾਈਡਸ 'ਤੇ ਅਸੀਂ ਲੇਸ ਦਿੱਤੀ ਹੋਈ ਹੈ। ਸੋ ਅਸੀਂ ਲੇਸਿਸ ਜਾਂ ਜਿਹੜੇ ਥਰੈਡ ਕਲਰ ਹੈਗੇ ਆ, ਉਹ ਆਪਣੀ ਚੋਇਸ ਦੇ ਅਕੋਰਡਿੰਗ ਹੀ ਲਗਾਉਣੇ ਆ, ਕਿਉਂਕਿ ਕਲਰ ਦੇ ਅਕੋਰਡਿੰਗ ਸਾਨੂੰ ਚੇਂਜ ਕਰਨੇ ਪੈਂਦੇ ਆ। ਥੋੜ੍ਹੇ ਬਹੁਤ ਡਾਰਕ ਹੋ ਸੂਟ ਹੋਵੇ ਤਾਂ ਉਹਦੇ ਨਾਲ ਅਸੀਂ ਲਾਈਟ ਆ ਜਿਹੜਾ ਕਲਰ ਕੰਬੀਨੇਸ਼ਨ ਦਿੰਦੇ ਹਾਂ, ਲਾਈਟ ਥਰੈਡ ਯੂਜ਼ ਕਰਦੇ ਹਾਂ ਤਾਂ ਜੋ ਸੋਹਣਾ ਲੱਗੇ। ਔਰ ਅਗਰ ਡਾਰਕ ਲਾਈਟ ਸੂਟ ਹੈ ਤਾਂ ਉਹਦੇ 'ਤੇ ਡਾਰਕ ਅਸੀਂ ਜਾਣਾ ਚਾਹੁੰਦੇ ਹਾਂ। ਡਾਰਕ ਦੇ ਵਿੱਚ ਵੀ ਅਸੀਂ ਜ਼ਿਆਦਾ ਬ੍ਰਾਈਟ ਨਹੀਂ ਕਰਦੇ, ਬਹੁਤ ਹੀ ਸੋਬਰ ਔਰ ਐਲੀਗੈਂਟ ਜਿਹਾ ਸੂਟ ਹੈ ਜਿਹੜਾ ਅਸੀਂ ਬਣਾਉਂਦੇ ਹਾਂ, ਸਾਨੂੰ ਐਂ ਹੁੰਦਾ ਰੋਇਲ ਜੀ ਲੁੱਕ ਆਵੇ, ਕਿਉਂਕਿ ਜ਼ਿਆਦਾ ਬ੍ਰਾਈਟ ਸ਼ੇਡ ਆ ਜਿਹੜੇ ਸਾਨੂੰ, ਮੈਨੂੰ ਵੀ ਨਹੀਂ ਪਸੰਦ। ਸੋ ਤੁਸੀਂ ਅਗਰ ਸੇਮ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਜੀ ਮੇਰੇ ਵਟਸਐਪ ਨੰਬਰ 'ਤੇ ਜਾ ਕੇ, ਹੈਡਿੰਗ ਦੇ ਵਿੱਚ ਵੀ ਮੈਂ ਆਪਣਾ ਵਟਸਐਪ ਨੰਬਰ ਦਿੰਦੀ ਹਾਂ, ਸੋ ਉੱਥੇ ਜਾ ਕੇ ਤੁਸੀਂ ਆਰਡਰ ਹੈ ਜਿਹੜਾ ਆਪਣਾ ਦੇ ਸਕਦੇ ਹੋ ਵਟਸਐਪ 'ਤੇ ਜਾ ਕੇ। ਸੋ ਇਸੇ ਤਰ੍ਹਾਂ ਜੀ ਆਪਾਂ ਆਰਡਰ ਲੈਂਦੇ ਹੈਗੇ ਹਾਂ, ਸਾਰੀਆਂ ਡਿਟੇਲਸ ਤੁਸੀਂ ਵਟਸਐਪ 'ਤੇ ਜਾਣ ਸਕਦੇ ਹੋ, ਔਰ ਸਾਰਿਆਂ ਦੇ ਆਰਡਰਸ ਅਸੀਂ ਡੇ ਬਾਈ ਡੇ ਆ ਜਿਹੜਾ ਭੇਜ ਰਹੇ ਹਾਂ। ਸੋ ਥੋੜ੍ਹਾ ਜਿਹਾ ਡਿਲੇ ਹੋ ਰਿਹਾ ਸੀ, ਸੋ ਸੋਰੀ ਜੀ, ਹੁਣ ਦਿਨ ਬਹੁਤ ਵਧੀਆ ਲੱਗ ਰਹੇ ਆ, ਸਾਰਿਆਂ ਦੇ ਆਰਡਰ ਹੀ ਅਸੀਂ ਬਣਾ ਕੇ ਭੇਜਾਂਗੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਕਈਆਂ ਨੂੰ ਥੋੜ੍ਹਾ ਉਹ ਹੋ ਜਾਂਦਾ ਹੈ ਕਿ ਤੁਸੀਂ ਰਿਪਲਾਈ ਨਹੀਂ ਕਰ ਰਹੇ, ਰਿਪਲਾਈ ਕਰਨ ਦਾ ਇਹ ਹੋ ਜਾਂਦਾ ਜੀ, ਬਹੁਤ ਸਾਰੇ ਮੈਸੇਜ ਹੋ ਜਾਂਦੇ ਆ, ਜਦੋਂ ਤੁਸੀਂ ਫੋਨ ਚੱਕਦੇ ਹੋ ਤਾਂ ਤੁਹਾਨੂੰ 1-2 ਕਾਲਸ ਆ ਜਾਂਦੀਆਂ, ਤੁਸੀਂ ਕਾਲ ਅਟੈਂਡ ਕਰਨ ਲੱਗ ਜਾਂਦੇ ਹੋ, ਤਾਂ ਇੰਨਾ ਟਾਈਮਿੰਗ ਨਹੀਂ ਹੁੰਦੀ, ਸ਼ਾਮ ਨੂੰ 2 ਘੰਟੇ ਟਾਈਮ ਦੇ ਵਿੱਚ ਤੁਸੀਂ ਰਿਪਲਾਈ ਕਰਨਾ ਹੁੰਦਾ। ਸੋ 500-500 ਮੈਸੇਜ ਹੋ ਜਾਂਦਾ, ਉਹਨੂੰ ਪੋਸੀਬਲ ਨਹੀਂ ਹੁੰਦਾ ਜੀ, ਕਈ ਵਾਰ ਪਿੱਛੇ ਰਹਿ ਜਾਂਦਾ, ਕਈਆਂ ਨੂੰ ਲੱਗਦਾ ਕਿ ਜਾਣ ਬੁੱਝ ਕੇ ਸਾਡੇ ਜਿਹੜਾ ਮੈਸੇਜ ਦਾ ਰਿਪਲਾਈ ਨਹੀਂ ਕਰਦੇ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ, ਇੱਕਦਮ ਜਿਹੜੇ ਮੈਸੇਜ ਆਉਂਦੇ ਆ, 10-10 ਮੈਸੇਜ ਇਕੱਠੇ ਆਉਂਦੇ ਆ, ਸੋ ਫਿਰ ਉਹ ਬੈਕ 'ਤੇ ਚਲਾ ਜਾਂਦਾ, ਅਸੀਂ ਸੀਰੀਅਲ ਵਾਈਜ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ।
ਸੋ ਤੁਸੀਂ ਤੁਹਾਡੇ ਸਾਰਿਆਂ ਦੇ ਰਿਪਲਾਈ ਅਸੀਂ ਜ਼ਰੂਰ ਕਰਾਂਗੇ ਜੀ ਔਰ ਆਰਡਰ ਸਾਰਿਆਂ ਦੇ ਜ਼ਰੂਰ ਭੇਜਾਂਗੇ ਸੋ ਇਸੇ ਤਰ੍ਹਾਂ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ